ਹਾਂਜੀ ਮੋਟੂ ਸ਼ਾਹ ਜੀ, ਤੁਸੀਂ ਆ ਗਏ ਹੋ ਆਸਥਾਨ ਦੀ ਨੀ, ਤੁਸੀਂ ਆ ਗਏ ਹੋ ਇੱਥੇ ਮੇਲੇ ਤੇ? ਮੇਲੇ ਤੇ ਆ ਗਿਆ ਤਾਂ ਖੜਾ ਹੋਰ ਮੈਂ ਗਾਂਧੀ ਕੰਮ ਤੇ ਬੈਠਾ ਹੈ ਹੈ। ਇਹਨੂੰ ਪੁੱਛਿਆ, ਇਹਨੂੰ ਸਵਾਲ ਕਰਨੀ ਬੜੀ ਆਦਤ ਆ। ਹੁਣੇ ਆਪਾਂ ਪ੍ਰੋਗਰਾਮ ਤੇ ਆਉਣਾ ਸੀਗਾ ਤੇ ਘਰ ਮੈਂ ਵਾਸ਼ਰੂਮ ਚ ਨਹਾਉਣਾ ਪਿਆ, ਬੂਆ ਖੜਕਾ ਕਹਿੰਦੀ ਮੋਟੂ ਸ਼ਾਹ ਜੀ ਵਾਸ਼ਰੂਮ ਚ ਨਹਾਉਂਦੇ ਪਏ ਹੋ? ਮੈਂ ਕਹਿੰਦੀ ਬਰਗਰ ਖਾਣਾ ਪਿਆ। ਇੱਕ ਦਿਨ ਆਈ ਮੈਂ ਸੁੱਤਾ ਪਿਆ, ਕਹਿੰਦੀ ਮੋਟੂ ਸ਼ਾਹੀ ਸੁੱਤੇ ਪਏ ਹੋ? ਮੈਂ ਕਹਿੰਦੀ ਭੰਗੜਾ ਪਾਉਣਾ ਪਿਆ। ਇੱਕ ਦਿਨ ਮੈਂ ਆਇਆ ਰੋਟੀ ਖਾਂਦਾ, ਮੈਨੂੰ ਕਹਿੰਦੀ ਮੋਟੂ ਸ਼ਾਹੀ ਰੋਟੀ ਖਾਂਦੇ ਪਏ ਹੋ? ਮੈਂ ਕਹਿੰਦਾ ਸ਼ੇਪ ਕਰਦਾ ਪਿਆ, ਪੁੱਠੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ। ਮੈਂ ਕਿਹਾ ਮੋਟੂ ਸ਼ਾਹ ਜੀ ਗੱਲਾਂ ਜਿੱਦਾਂ ਦੀਆਂ ਮਰਜ਼ੀ, ਪਰ ਮੈਨੂੰ ਇਹ ਦੱਸ ਦਿਓ ਕਿ ਤੁਸੀਂ ਜੰਮੇ ਕਦੋਂ? ਲੈ ਮੈਂ ਜਦੋਂ ਜੰਮਿਆ। ਤੁਸੀਂ ਜਦੋਂ ਜੰਮੇ? ਸਾਰਾ ਮਹੱਲਾ ਸਾਡੇ ਘਰਦਿਆਂ ਨਾਲ ਲੜਨ ਆ ਗਿਆ। ਉਹ ਕਿਉਂ? ਕਹਿੰਦੇ ਤੁਹਾਡੇ ਘਰ ਤਾਂ ਕਦੀ ਦਹੀਂ ਨਹੀਂ ਜੰਮਿਆ, ਮੋਟੂ ਸ਼ਾਹ ਕਿੱਥੋਂ ਜੰਮਦੇ? ਤੁਸੀਂ ਤਾਂ ਜੰਮੇ ਪਰ ਮੈਂ ਹੋਈ ਨਹੀਂ। ਇਹ ਹੋਈ ਨਹੀਂ, ਇਹ ਵਿਸਾਖੀ ਬਾਂਪਰ ਚੋਂ ਨਿਕਲੀ ਹੈ ਸਦਕੇ ਤੇਰੇ। ਜਦੋਂ ਮੈਂ ਜੰਮੀ ਸੀ ਨਾ, ਇੱਕ ਬੜੀ ਵੱਡੀ ਅਨਾਉਂਸਮੈਂਟ ਹੋਈ ਸੀ। ਅਨਾਉਂਸਮੈਂਟ ਹੋਈ? ਲਓ ਭਾਈ, ਜਿਹੜੀ ਚੀਜ਼ ਦਾ ਡਰ ਸੀ ਹੋ ਗਈ ਆ, ਅਨਾਉਂਸਮੈਂਟ ਇਹ ਹੋਈ ਸੀ। ਬਸ ਬਸ, ਪੋਟੂ ਸ਼ਾਹ ਬਣੇ ਫਿਰਦੇ ਆ। ਵੇਖੋ ਜੀ, ਇਹਨਾਂ ਦੇ ਘਰ ਤਾਂ ਕਦੇ ਦਹੀਂ ਨਹੀਂ ਜੰਮਿਆ, ਇਹ ਪਤਾ ਨਹੀਂ ਕਿੱਦਾਂ ਜੰਮ ਪਿਆ। ਮੈਂ ਤਾਂ ਜੰਮ ਪਿਆ, ਸਾਡੇ ਘਰ ਤਾਂ ਕਦੇ ਅਮਰੂਦ ਚੋਂ ਸੁੰਡੀ ਨਹੀਂ ਨਿਕਲੀ। ਅਮਰੂਦ ਚੋਂ ਸੁੰਡੀ ਨਹੀਂ ਨਿਕਲੀ? ਮੈਨੂੰ ਲੱਗਦਾ ਇੱਕ ਵਾਰੀ ਨਿਕਲੀ ਸੀ। ਨਿਕਲੀ ਸੀ ਅਮਰੂਦ, ਮੈਂ ਸਿੱਟ ਦਿੱਤਾ। ਸੁੰਡੀ ਕਿੱਥੇ ਗਈ? ਸੁੰਡੀ ਆ ਖੜੀ ਆ। ਆਓ ਹੁਣ ਪੋਟੂ ਸ਼ਾਹ ਜੀ, ਮੈਂ ਤੁਹਾਨੂੰ ਗੱਲ ਦੱਸਾਂ। ਦੱਸੋ। ਆ ਵੇਖੋ, ਸਾਰੇ ਸਿੰਗਰਾਂ ਨੇ ਬੌਂਸਰ ਰੱਖੇ ਹੋਏ ਆ। ਹਾਂਜੀ, ਬੌਂਸਰ ਰੱਖੇ ਆ। ਤੁਸੀਂ ਨਹੀਂ ਕੋਈ ਬੌਂਸਰ ਰੱਖਿਆ? ਮੈਂ ਦੋ ਕੁ ਪ੍ਰੋਗਰਾਮਾਂ ਦੇ ਬੌਂਸਰ ਰੱਖੇ। ਦੋ ਕੁ ਪ੍ਰੋਗਰਾਮਾਂ ਦੇ ਬੌਂਸਰ ਰੱਖੇ? ਤੀਜੇ ਤੇ ਮੈਂ ਪੈਸੇ ਨਹੀਂ ਦਿੱਤੇ, ਫਿਰ ਉਹਨਾਂ ਨੇ ਮੇਰੇ ਘਸੁੰਨ ਰੱਖੇ। ਉਸ ਤੋਂ ਬਾਅਦ ਮੈਂ ਨਹੀਂ ਬੌਂਸਰ ਰੱਖੇ ਕਾਲੇ ਕੱਪੜੇ ਵਾਲੇ, ਮੈਨੂੰ ਡਰ ਲੱਗਦਾ ਵਾ। ਪੋਟੂ ਸ਼ਾਹ ਜੀ, ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਆ। ਬਿਲਕੁਲ, ਗਾਣੇ ਵੀ ਵਧੀਆ ਵਧੀਆ ਚੱਲਦੇ ਪਏ ਆ। ਗਾਣੇ ਵੀ ਇੰਟਰਨੈਟ ਤੇ ਮਸ਼ਹੂਰ ਹੋ ਜਾਂਦਾ, ਬੰਦਾ ਪੂਰਾ ਮਸ਼ਹੂਰ ਹੋ ਜਾਂਦਾ। ਆ ਹੋਰ ਇੱਕ ਪਿੱਛੇ ਤੇ ਗਾਣਾ ਚੱਲਿਆ, ਟੌਰ ਨਾਲ ਛੜਾ ਰਹਿੰਦਾ, ਟੌਰ ਨਾਲ ਛੜਾ। ਤੇ ਜੇ ਇਹ ਗਾਣਾ ਭਈਆ ਗਾਵੇ ਤਾਂ ਕਿੱਦਾਂ ਗਾਊਗਾ? ਭਈਏ ਨੇ ਪਤਾ ਕਿਵੇਂ ਗਾਣਾ? ਕਿਵੇਂ? ਟੌਰ ਨਾਲ ਛੜੀ ਰਹਿੰਦੀ, ਟੌਰ ਨਾਲ ਛੜੀ, ਟੌਰ ਨਾਲ ਛੜੀ ਰਹਿੰਦੀ, ਟੌਰ ਨਾਲ ਛੜੀ, ਸਾਦੀ ਦੀ ਕਰਾਇਆ ਰਿਸ਼ਤਾ ਹੁੰਦੀ ਸੀਗੀ ਬਰੀ, ਟੌਰ ਨਾਲ ਛੜੀ ਰਹਿੰਦਾ, ਟੌਰ ਨਾਲ ਛੜੀ, ਆਪੇ ਮੈਂ ਬਣਾ ਦੀ ਰੋਟੀ ਚੁੱਲ੍ਹੇ ਵਿੱਚ ਅੱਗ ਬਾਲ ਕੇ, ਕਈ ਵਾਰੀ ਮੈਂ ਖਾ ਲੈਨੀ ਆ ਆਲੂ ਹੀ ਉਬਾਲ ਕੇ, ਚੌਲਾਂ ਤੇ ਮੈਂ ਦਾਲ ਪਾਉਣਾ ਕਦੇ ਪਾਵਾਂ ਕਰੀ, ਟੌਰ ਨਾਲ ਛੜੀ। ਤਾਲੀਆਂ ਮਾਸੀ ਨੇ ਵਜਾਉਣੀਆਂ ਮੈਨੂੰ। ਟੌਰ ਨਾਲ ਛੜੀ ਰਹਿੰਦਾ, ਟੌਰ ਨਾਲ ਛੜੀ। ਮੈਂ ਕਿਹਾ ਜੇਕਰ ਇਹ ਵਾਲਾ ਗਾਣਾ ਸਾਡਾ ਪੰਜਾਬੀ ਮੁੰਡਾ ਗਾਵੇ ਤਾਂ ਕਿੱਦਾਂ ਗਾਏਗਾ? ਪੰਜਾਬੀ ਮੁੰਡੇ ਪਤਾ ਕਿਹੜਾ? ਕੀ ਪੰਜਾਬੀ ਮੁੰਡੇ ਵਿਆਹ ਤੋਂ ਬਿਨਾਂ ਰਹਿ ਸਕਦੇ ਨੇ? ਪਤਾ ਕਿਹੜਾ? ਕੀ ਕਹਿਣਾ? ਮੈਂ ਨਹੀਂ ਰਹਿਣਾ ਛੜਾ ਬਾਪੂ, ਮੈਂ ਨਹੀਂ ਰਹਿਣਾ ਛੜਾ, ਤੈਨੂੰ ਭਾਜੀ ਮੁੰਦੀ ਨਾਲੇ ਮੈਨੂੰ ਪੈ ਜੂ ਗੜਾ। ਮੈਂ ਨਹੀਂ ਰਹਿਣਾ ਛੜਾ ਬਾਪੂ, ਮੈਂ ਨਹੀਂ ਰਹਿਣਾ ਛੜਾ। ਇੱਥੇ ਤਾਂ ਜੀਰੇ ਬਾਬਾ ਜੀ ਬੈਠੇ, ਸ਼੍ਰੀ ਰਾਜ ਜਸਵੀਰ ਜੀ ਜੀ ਆਇਆ, ਬਹੁਤ ਅੱਛੇ ਅੱਛੇ ਗਾਣੇ ਗਾਏ, ਇਹਨਾਂ ਨੇ ਲਿਖਦੇ ਵੀ ਆ। ਹਾਂਜੀ, ਗਾਣੇ ਦੀ ਗੱਲ ਚੱਲ ਰਹੀ ਹੈ, ਇੱਕ ਗਾਣਾ ਆਇਆ ਸੀ। ਕਿਹੜਾ? ਰਾਤ ਦੀ ਕਿਹੜੀ ਗੱਲ ਰਿਸਕ ਦੀ, ਤੰਗ ਛਿੜੀ ਹੈ ਤੇਰੇ ਇਸ਼ਕ ਦੀ। ਇਹ ਪਿੱਛੇ ਦੇ ਮੀਂਹ ਪਿਆ ਨਾ, ਸਾਡੀ ਮਾਈ ਕਿਤੇ ਵਿਚਾਰੀ ਕੱਪੜੇ ਤਾਰ ਤੋਂ ਲਾਣ ਗਈ ਤੇ ਲੈ ਕੇ ਡੇਗੀ। ਅੱਛਾ, ਮੈਂ ਆਪਣੀ ਮਾਈ ਤੇ ਗਾਣਾ ਪਤਾ ਕਿਵੇਂ ਬਣਾਇਆ? ਕਿਵੇਂ? ਮੀਂਹ ਪਿਆ ਬਿਜਲੀ ਲਿਸ਼ਕ ਗਈ, ਬੁੜੀ ਸਾਡੀ ਪੌੜੀਆਂ ਤੋਂ ਖਿਸਕ ਗਈ। ਮੀਂਹ ਪਿਆ ਬਿਜਲੀ ਲਿਸ਼ਕ ਗਈ, ਮਾਈ ਸਾਡੀ ਪੌੜੀਆਂ ਤੋਂ ਖਿਸਕ ਗਈ। ਬੇਬੇ ਚੀਕਾਂ ਪਈ ਮਾਰੇ, ਜੋੜ ਹਿੱਲ ਗਏ ਆ ਸਾਰੇ, ਆਈ ਪਰਬ ਲਮਣ ਡਿਸਕ ਦੀ, ਬੁੜੀ ਸਾਡੀ ਪੌੜੀਆਂ ਤੋਂ। ਜਦੋਂ ਇੰਗਰਾ ਤਾਲੀਆਂ ਆਪੇ ਸਮਝ ਆ, ਇੱਥੇ ਕੁ ਵੱਜਣੀ ਆ। ਗਾਣਾ ਬੜਾ ਵਧੀਆ ਲੱਗਦਾ ਮੈਨੂੰ। ਕਿਹੜਾ? ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਕਿਤੇ ਕੋਈ ਰੋਂਦਾ ਹੋਵੇਗਾ। ਮੱਝ ਇਹਨਾਂ ਦੇ ਕੋਲ ਲੈ ਗਿਆ, ਪੰਜਾਹ ਘਰੇ ਜਾ ਕੇ ਚੋਂਦਾ ਹੋਵੇਗਾ। ਬਹੁਤ ਸਾਰਾ ਮਾਣ ਸਤਿਕਾਰ ਕਰ ਰਹੇ ਬਾਬਾ ਜੀ ਨੇ, ਬਹੁਤ ਸਾਰਾ ਮਾਣ ਭੇਜਿਆ, ਹੋਰ ਵੀ ਭੇਜਣਗੇ, ਮੇਰਾ ਮੀਟਰ ਕੱਟ ਕੇ ਗਏ ਹੋਏ ਆ। ਆਓ, ਮੈਂ ਕਿਹਾ ਪੋਟੂ ਸ਼ਾਹ ਜੀ, ਗਾਣਿਆਂ ਦੀ ਗੱਲ ਚੱਲ ਰਹੀ ਸੀ, ਗਾਣਾ ਸੁਣਿਆ? ਕਿਹੜਾ? ਜਿਹੜਾ ਤੇਰੇ ਪਿੱਛੇ ਮਾਰਦਾ ਸੀ ਘੇੜੀਆਂ, ਮਕੱਲਾ ਕੱਲਾ ਠੋਕਦਾ ਰਿਹਾ। ਇਹ ਮੈਂ ਪਤਾ ਕਿਦਾਂ ਗਾਣਾ? ਕਿਵੇਂ? ਅਸੀਂ ਤੇਰੇ ਪਿੱਛੇ ਮਾਰਦੇ ਸੀ ਘੇੜੀਆਂ ਨੀ, ਕੁੱਤਾ ਤੇਰਾ ਭੌਂਕਦਾ ਰਿਹਾ। ਬਾਬਾ ਜੀ, ਬਾਬਾ ਜੀ ਨੇ ਕੌਂਸਲਰ ਸਾਹਿਬ ਕਹਿੰਦੇ ਬੈਠੇ ਆ। ਕੋਈ ਗੱਲ ਨਹੀਂ, ਕੋਈ ਨਹੀਂ, ਬਹੁਤ ਸਾਰਾ ਮਾਣ ਸਤਿਕਾਰ। ਇਹ ਉਹ ਸ਼ਾਹੀ ਦਰਬਾਰ ਹੈ ਜਿੱਥੇ ਮੈਂ ਨਿੱਕਾ ਹੋਇਆ ਹੁੰਦਾ ਆਉਂਦਾ ਰਿਹਾ। ਤਾਲੀਆਂ ਵਜਾ ਦਿਓ ਤੇ ਹੁਣ ਦੁਬਾਰਾ ਤੋਂ ਹਾਜ਼ਰੀਆਂ ਸ਼ੁਰੂ ਕੀਤੀਆਂ। ਕਲਵਿੰਦਰ ਕਹਿੰਦਾ ਮੇਰਾ ਵੀਰ ਬਹੁਤ ਅੱਛਾ ਸਿੰਗਰ, ਬਹੁਤ ਸਾਰਾ ਮਾਣ ਸਤਿਕਾਰ ਕਰ ਰਹੇ ਆ, ਸਾਰਿਆਂ ਨੇ ਵੱਧ ਚੜ ਕੇ ਮਾਣ ਦਿੱਤਾ। ਹਾਂਜੀ ਆਓ। ਹਾਂਜੀ ਬਾਟੂ ਸ਼ਾਹ ਜੀ, ਗੱਲਾਂ ਚੱਲ ਰਹੀਆਂ ਸੀ ਗਾਣਿਆਂ ਦੀਆਂ। ਗਾਣਿਆਂ ਦੀਆਂ ਇੱਕ ਗਾਣਾ ਆਇਆ ਸੀ, ਕਾ ਬੋਲੇ ਬਨੇ
ਤੇਰੇ ਤੇ ਤੇ ਤੂੰ ਕਿਉਂ ਚੀਕਾਂ ਮਾਰਦੀ ਬੈਠ ਕਰ ਗਿਆ ਤੇਰੇ ਤੇ ਦਫਾ ਗੱਲ ਨੂੰ ਬੋਲਦਾ ਬੋਲੀ ਜਾਂਦੇ ਆ ਦੇਖ ਮੋਬਾਈਲ ਕਿੱਦਾਂ ਖੁੱਲੇ ਇੰਟਰਨੈਟ ਦਾ ਯੁੱਗ ਹੈ ਇੰਟਰਨੈਟ ਦਾ ਯੁੱਗ ਹੈ ਪਹਿਲਾਂ ਹੁੰਦਾ ਸੀ ਨੇਕੀ ਕਰ ਖੂਹ ਵਿੱਚ ਪਾ ਹੁਣ ਜੋ ਮਰਜ਼ੀ ਕਰ ਤਾਂ ਫੇਸਬੁੱਕ ਤੇ ਪਾ ਜਾਂ YouTube ਤੇ ਜਿਹੜਾ ਹੁਣ ਪਤਾ ਬਾਬਾ ਜੀ ਮੈਂ ਤੁਹਾਨੂੰ ਦੱਸਾਂ ਗੱਲਾਂ ਕਿੱਦਾਂ ਆ ਕਰਨੀਆਂ ਕਿਵੇਂ ਇੰਟਰਨੈਟ ਇਦਾਂ ਮਹਾਜਾਲ ਆ ਸਲਮਾਨ ਖਾਨ ਤਾਂ ਜੇਲ੍ਹ ਚੋਂ ਬਾਹਰ ਆ ਗਿਆ ਬੰਦਾ ਨੈਟ ਚੋਂ ਬਾਹਰ ਨਹੀਂ ਆ ਸਕਦਾ ਕਦੀ ਇੱਕੋ ਘਰ ਦੇ ਅੰਦਰ ਅਲੱਗ ਅਲੱਗ ਬੈਠੇ ਨਾ ਪੁੱਤ ਬੁਲਾਉਂਦੇ ਆ ਮਾਂ ਨੂੰ ਨਾ ਉਧਰ ਐਸੇ ਫੋਨ ਨੇ ਵਿਛੋੜੇ ਪਾ ਦਿੱਤੇ ਆ ਆਉਣ ਵਾਲੇ ਟਾਈਮ 'ਚ ਗੱਲਾਂ ਪਤਾ ਕਿੱਦਾਂ ਹੋਣੀਆਂ ਕਿੱਦਾਂ ਹੋਣੀਆਂ ਸੀ ਭੈਣ ਜੀ ਜਿੱਦਾਂ ਮੰਨ ਲਾ ਮੁੰਡੇ ਦਾ ਵਿਆਹ ਆ ਮੁੰਡੇ ਤਾਰੀਫ ਤਾਂ ਕਿਵੇਂ ਹੋਣੀ ਕਿਵੇਂ ਭੈਣ ਜੀ ਸਾਡਾ ਮੁੰਡਾ ਤਾਂ 4G ਆ 4G ਸਾਰੇ ਐਪ ਡਾਊਨਲੋਡ ਕਰੀ ਬੈਠਾ ਟੱਚ ਤਾਂ ਦੀ ਬਹੁਤ ਪਾਣੀ ਵਾਂਗੂ ਚੱਲਦੀ ਆ ਅੱਛਾ ਕੁੜੀ ਦੀ ਤਾਰੀਫ ਕਿੱਦਾਂ ਹੋਣੀ ਕਿੱਦਾਂ ਭੈਣ ਜੀ ਸਾਡੀ ਕੁੜੀ ਦਾ ਵਿਆਹ ਹੀ ਨਹੀਂ ਹੁੰਦਾ ਤਾਂ ਭੈਣ ਜੀ ਤੁਹਾਡੀ ਕੁੜੀ ਦਾ ਵਿਆਹ ਕਿਉਂ ਨਹੀਂ ਹੁੰਦਾ ਹੈਂਗ ਹੋ ਜਾਂਦੀ ਆ ਤਾਂ ਰੋਟੀ ਪਕਾਦੀ ਪਕਾਦੀ ਹੈਂਗ ਹੋ ਗਈ ਤਵੇ ਤੇ ਹੱਥ ਰਹਿ ਗਿਆ ਭੈਣ ਜੀ ਹੱਥ ਸਿਖਾ ਬੈਠੀ ਆ ਉਹ ਕੁੜੀ ਨੇ ਵਿਆਹ ਕੇ ਆਉਣਾ ਅੱਛਾ ਆ ਫਲਾਣਿਆਂ ਦੀ ਨੂੰਹ ਵਿਆਹ ਕੇ ਆਈ ਆ ਭਾਈ ਤਾਂ ਅੱਜ ਚ ਕੀ ਲੈ ਕੇ ਆਈ ਆ ਇਹ ਤੇ ਮਰ ਜਾਣੇ ਲਾਲਚੀ ਵਾਈਫਾਈ ਮੰਗਦੇ ਸੀ ਕੁੜੀ ਵਾਲੇ ਗਰੀਬ ਸੀ ਉਹਨਾਂ ਨੇ ਡੋਂਗਲ ਦੇ ਕੇ ਤੋੜ ਦਿੱਤਾ ਉਹ ਤੋਂ ਬਾਅਦ ਕੀ ਹੋਇਆ ਕਰਨਾ ਕੀ ਕੁੜੀ ਨੇ ਲਾਵਾਂ ਲੈਣੀਆਂ ਜਦ ਦੋ ਫੇਰੇ ਹੋਇਆ ਕਰਨੇ ਹਾਂ ਕੁੜੀ ਨੇ ਡਿੱਗ ਜਾ ਕਰਨਾ ਭਾਈ ਡਿੱਗ ਕਰਦੇ ਜਾਇਆ ਕਰਨਾ ਨੈਟ ਪੈ ਖਤਮ ਹੋ ਜਾਇਆ ਕਰਨਾ ਮੁੰਡੇ ਵਾਲੇ ਨੇ ਹੌਟਸਪੌਟ ਜਲਾ ਕੇ ਲਾਵਾਂ ਲੈ ਕੇ ਕੁੜੀ ਲੈ ਜਾ ਕਰਨੀ ਤਾਲੀਆਂ ਵਜਾ ਦਿਓ ਖਿੱਚ ਕੇ ਇੱਥੇ ਤੱਕ ਗੱਲ ਪਹੁੰਚ ਜਾਣੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੰਟਰਨੈਟ ਦੀ ਗੱਲ ਕਰਦੇ ਹੋ ਨਾ ਆਉਣ ਵਾਲੇ ਸਮੇਂ ਵਿੱਚ ਗਾਣੇ ਦਾ ਆਉਣ ਲੱਗ ਗਏ ਨੇ ਤੇ ਬੋਲੀਆਂ ਵੀ ਇੰਟਰਨੈਟ ਤੇ ਆਉਣ ਲੱਗ ਜਾਣ ਸ਼ੋਰ ਆ ਬੋਲੀਆਂ ਇੰਟਰਨੈਟ ਦੀਆਂ ਕਿਵੇਂ ਆਉਣਗੀਆਂ ਪਹਿਲੀ ਬੋਲੀ ਆਏਗੀ ਪਾਉ ਬਾਰੀ ਵਰਸੀ ਖੱਟਣ ਗਿਆ ਸੀ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਖੱਟ ਕੇ ਲਿਆਂਦੀ ਟੱਚ ਵੇ ਖੱਟ ਖੱਟ ਕੇ ਲਿਆਂਦੀ ਟੱਚ ਵੇ ਜੀ ਮੈਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ ਮੈਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ ਐਦਾਂ ਹੋਣਾ ਮੈਂ ਕਿਹਾ ਪੋਟੂ ਸ਼ਾਹ ਜੀ ਐਦਾਂ ਵੀ ਹੋਣਾ 2 ਮਿੰਟ 2 ਮਿੰਟ ਵਿੱਚ ਪਲੇ ਨਾ ਕਰੇ ਡਿਸਟਰਬਿੰਗ ਆਉਂਦੀ ਹਾਂ ਅਗਲਾ ਗਾਣਾ ਬਾਰੀ ਵਰਸੀ ਖੱਟਣ ਗਿਆ ਸੀ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਖੱਟ ਕੇ ਲਿਆਂਦਾ ਵਟਸਐਪ ਨੀ ਵਟਸਐਪ ਨੀ ਮੈਨੂੰ ਧੋਖਾ ਦੇਣੀ ਏ ਤੈਨੂੰ ਲੜ ਜੈ ਸਪਨੀ ਮੈਨੂੰ ਧੋਖਾ ਦੇਣੀ ਆ ਇਧਰੋਂ ਵਜਣੀਆਂ ਕੈਂਪ ਵਾਲੀਆਂ ਚੀਕਾਂ ਮੈਨੂੰ ਧੋਖਾ ਦੇਣੀ ਏ ਆਓ ਮੈਂ ਤੁਹਾਨੂੰ ਦੱਸਾਂ ਵੀ ਫੇਸਬੁੱਕ ਸਾਰੇ ਚਲਾਉਂਦੇ ਆ ਸਾਰੇ ਚਲਾਉਂਦੇ ਸਾਰੇ ਚਲਾਉਂਦੇ ਫੇਰ ਬੋਲੀ ਆਣੀ ਸੀ ਫੇਸਬੁੱਕ ਤੇ ਫੇਸਬੁੱਕ ਤੇ ਬੋਲੀ ਆਉਣ ਦਿਓ ਬਾਰੀ ਵਰਸੀ ਖੱਟਣ ਗਿਆ ਸੀ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਖੱਟ ਲਿਆ ਸੀ ਫੇਸਬੁੱਕ ਵੇ ਫੇਸਬੁੱਕ ਵੇ ਜੀ ਮੈਂ ਟੈਂਪੂ ਚ ਡਿੱਗ ਪਈ ਬਾਹਰ ਨਿਕਲ ਕੇ ਚੁੱਕ ਵੇ ਮੈਂ ਭੂੰਡ ਚ ਡਿੱਗ ਪਈ ਬਾਹਰ ਨਿਕਲ ਕੇ ਚੁੱਕ ਵੇ ਮੈਂ ਟੈਂਪੂ ਚ ਡਿੱਗ ਪਈ ਤੈਨੂੰ ਗੱਲਾਂ ਬਹੁਤ ਆਉਣੀਆਂ ਹਾਂ ਟੈਂਪੂ ਵਾਲਿਆਂ ਦੀਆਂ ਬਹੁਤ ਆਉਣੀਆਂ ਪਹਿਲਾਂ ਮੈਨੂੰ ਤੂੰ ਦੱਸ ਕਿ ਤੇਰੇ ਦਾਦੇ ਦਾ ਨਾਮ ਕੀ ਆ ਦਾਦੇ ਦਾ ਪਹਿਲਾਂ ਪਿਓ ਦਾ ਤੇ ਪੁੱਛ ਲਾ ਤੇਰਾ ਪਿਓ ਹੈਗਾ ਹੈਗਾ ਹੋਰ ਮੈਂ ਗੂਗਲ ਤੋਂ ਡਾਊਨਲੋਡ ਹੋਇਆ ਕਿਹੜੀਆਂ ਗੱਲਾਂ ਕਰਨ ਦੀ ਆ ਟੈਂਪੂ ਦੀ ਗੱਲਾਂ ਕਰਨ ਦੀ ਟੈਂਪੂ ਦੀ ਗੱਲ ਤੇ ਆ ਟੈਂਪੂ ਦੀ ਗੱਲ ਤੇ ਆ ਰਹੀ ਆ ਵੀ ਮੈਂ ਦੱਸਾਂ ਮੈਨੂੰ ਗੱਲ ਦੀ ਸਮਝ ਨਹੀਂ ਆਂਦੀ ਟੈਂਪੂ 'ਚ ਸਫ਼ਰ ਕਰੀਦਾ ਹੈ ਪਰ ਟੈਂਪੂ ਵਾਲੇ ਜਿਹੜੇ ਭਰਾ ਹੁੰਦੇ ਆ ਨਾ ਉਹਨਾਂ ਦਾ ਦਿਮਾਗ ਇੰਨਾ ਗਰਮ ਕਿਉਂ ਰਹਿੰਦਾ ਆ ਮੈਂ ਬੀਬੀ ਸਾਰੀ ਦਿਹਾੜੀ ਗਰਮੀਆਂ ਨੂੰ ਇੰਜਣ ਤੇ ਬਹਿ ਕੇ ਆਟੋ ਚਲਾਉਣਾ ਬੰਦਾ ਸਾਰਾ ਗਰਮ ਹੋ ਜਾਂਦਾ ਤੇ ਦਿਮਾਗ ਨੂੰ ਰੋਣ ਡਈ ਹੈ ਮੈਂ ਇੱਕ ਆਟੋ ਵਾਲੇ ਨੂੰ ਪੁੱਛਿਆ ਮੈਂ ਕਿਹਾ ਜਾਣਾ ਕੀ ਕਹਿੰਦਾ ਕਹਿੰਦਾ ਮਾਮਾ ਜਾਣਾ ਪਿਆ ਤੂੰ ਹੀ ਰੋਕੇ ਮੈਂ ਕਿਹਾ ਬੱਸ ਅੱਡੇ ਦਾ ਕੀ ਲੈਣਾ ਕਹਿੰਦਾ ਮੈਂ ਹਲੇ ਵੇਚਣਾ ਹੀ ਨਹੀਂ ਮੈਂ ਕਿਹਾ ਆਟੋ ਖਾਲੀ ਆ ਕਹਿੰਦਾ ਖਾਲੀ ਤੂੰ ਵਿੱਚ ਬੰਬ ਰੱਖਣਾ ਪੱਖੀਓ ਬੋਲਦੇ ਆ ਮੈਂ ਤੁਹਾਨੂੰ ਦੱਸਾਂ ਬੋਲੀਆਂ ਸੀ ਇੰਟਰਨੈਟ ਦੀਆਂ ਅੱਜ ਕੱਲ ਜੋਗਾ ਬਹੁਤ ਹੋ ਰਿਹਾ ਵੇ ਬਾਬਾ ਰਾਮਦੇਵ ਜੀ ਕਰੋ ਕਰੋ ਕਰਨੀ ਸੀ ਹੋ ਗਿਆ ਬਾਬਾ ਜੋਗਾ ਬਹੁਤ ਕਰਾ ਰਿਹਾ ਸਾਰਿਆਂ ਨੂੰ ਅੰਮ੍ਰਿਤਸਰ ਵਿੱਚ ਵੀ ਕੱਲ ਕੈਂਪ ਲੱਗਾ ਵਾ ਸੀ ਜੋਗੇ ਦਾ ਤੜਕੇ ਘਰਾਂ 'ਚੋਂ ਫੂਕਾਂ ਦੀਆਂ ਆਵਾਜ਼ਾਂ ਸ਼ੁਰੂ ਹੋਈਆਂ ਐਂ ਲੱਗਦਾ ਗੁਆਂਢੀਆਂ ਦੇ ਘਰ ਸੱਪ ਆ ਗਿਆ ਪਤਾ ਲੱਗਦਾ ਜੋਗਾ ਹੁੰਦੇ ਆ ਬਾਬੇ ਨੇ ਬੋਲੀਆਂ ਪਾਇਆ ਕਰਨੀਆਂ ਪਤਾ ਕਿੱਦਾਂ ਪਾਇਆ ਕਰਨੀਆਂ ਬੋਸੀ ਬੋਲੀ ਪਾ ਕੇ ਦਿਖਾਓ ਪਰ ਬਾਬੇ ਦੀ ਆਵਾਜ਼ 'ਚ ਬਾਬੇ ਦੀ ਆਵਾਜ਼ 'ਚ ਬੋਲੀ ਪੰਜਾਬੀ ਉਹਦਾ ਕਿੱਦਾਂ ਬਾਬੇ ਪੰਜਾਬੀ ਕਿੱਦਾਂ ਬੋਲੂ ਬਾਬਾ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਖੱਟ ਕੇ ਲਿਆਂਦੇ ਡੋਡੇ ਯੋਗਾ ਕਰ ਲੋ ਰੇ ਠੀਕ ਹੋ ਜਾਣਗੇ ਗੋਡੇ ਯੋਗਾ ਕਰ ਲੋ ਰੇ ਇਹਨੇ ਬਾਰੀ ਬਰਸੀ ਖੱਟਣ ਗਿਆ ਕਰ ਕਰ ਕਰਨੀ ਸੀ ਹੋ ਗਿਆ ਬੜੀ ਕਰਨੀ ਸੀ ਹੋ ਗਿਆ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਖੱਟ ਕੇ ਲਿਆਂਦੀ ਚਾਂਦੀ ਯੋਗਾ ਕਰ ਲੋ ਰੇ ਗੋਗੜ ਬੰਦੀ ਚਾਂਦੀ ਯੋਗਾ ਕਰ ਲੋ ਰੇ ਕਰ ਕਰ ਕਰਨੀ ਸੀ ਹੋ ਗਿਆ ਇਦਾਂ ਹੋ ਜਾਣਾ ਅੱਛਾ ਇਹ ਤਾਂ ਬੋਲੀਆਂ ਬਾਬੇ ਦੀਆਂ ਤੁਸੀਂ ਮਾਹੌਲ ਬਹੁਤ ਵਧੀਆ ਬਣਿਆ ਆ ਜੀ ਪਹਿਲਾਂ ਮੈਨੂੰ ਇੰਨੀ ਕੁ ਗੱਲ ਦੱਸ ਦਿਓ ਕਿ ਪਿੰਡਾਂ ਵਾਲੇ ਮੁੰਡੇ ਸੋਹਣੀ ਕੁੜੀ ਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਕੀ ਆ ਸ਼ਹਿਰਾਂ ਵਾਲੇ ਪੜੇ ਲਿਖੇ ਸੋਹਣੀ ਕੁੜੀ ਨੂੰ ਕਹਿ ਦਿੰਦੇ ਆਈ ਲਵ ਯੂ ਤੇ ਪਿੰਡਾਂ ਵਾਲੇ ਪਿੰਡਾਂ ਵਾਲੇ ਕਈ ਪੜੇ ਨਹੀਂ ਪਤਾ ਕੀ ਕਹਿੰਦੇ ਕੀ ਹਫਤੇ ਦੀ ਗਵਾਚੀ ਅੱਜ ਲੱਭ ਜਾਓ ਉਹਨੇ ਆਪਣੇ ਸਟਾਈਲ 'ਚ ਕਹਿਣਾ ਹੁੰਦਾ ਅੱਛਾ ਤੁਹਾਨੂੰ ਤਾਂ ਸਭ ਮਾਹੌਲ ਬਹੁਤ ਵਧੀਆ ਮਹਿਫਲ ਲੱਗੀ ਹੋਈ ਆ ਮਹਿਫਲ ਲੱਗੀ ਤੇ ਮੇਰਾ ਦਿਲ ਕਰਦਾ ਮੈਂ ਸ਼ੇਰੋ ਸ਼ਾਇਰੀ ਕਰ ਤੂੰ ਸ਼ੇਰੋ ਸ਼ਾਇਰੀ ਕਰਦੇ ਕਿਦਾਂ ਸਾਰੇ ਸੁਣਦੇ ਪਏ ਪ੍ਰਸ਼ਾਸਨ ਵੀ ਜੀਆਂ ਕਹਿੰਦੇ ਆ
आओ शेरो शायरी ता करांगी जेड़ा शेर मैं बोलांगी हिंदी विच अच्छा ओदी तुसी बनाउणी है पंजाबी मैं आगा तू अंग्रेजी च बोल मैं उर्दू बना दूं चल बोल बोल हां बोल सड़क की इस पर मेरे बाप का घर हाय हाय क्या बात है सड़क की उस पर तेरे बाप का घर ते विच गंदा नाना पेंदा है पूरा शेर सुनो शेर सुनो सुनाओ सुनाओ सड़क के इस पर तेरे बाप का घर सड़क के उस पर मेरे बाप का घर हम मिलेंगे बीच सड़क में ना जहां तेरे बाप का डर ना मेरे बाप का डर पंजाबी बनाइए बनाओ पंजाबी ए सड़क तो परले पासे तोंडे मुड़े दा घर सड़क दे इधर पासे साला साडे मुड़े दा घर अहीं मिलेंगे सड़क दे विचाले ही जिथे ना तोंडे मुड़े दा डर ना साडे मुड़े दा डर तालियां ना बजावे माड़ियां आओ एक थां ते बड़ी भीड़ सी पता नहीं कौन किन्नियां किन्नियां चुम्मियां लै गया मैं ना तेरा कतल कर देना किद्दां कर देना किद्दां कर देना हां क्योंकि मैं कातिल अच्छा तू कातिल मैं कातिल मेरी आंखें कातिल मेरी आईब्रो कातिल मेरे गालों पे लगा हुआ काला तिल कातिल पंजाबी सुननी है तू खूनी तेरे परवट्टे खूनी तेरे डेले खूनी तेरियां गल्लां खूनी नक च पाया कोका खूनी ते गल ते लगा होया मौका खूनी मैं तेनू दसा मेरी तारीफ भी कर लिया तारीफ कर तेरे बाल बड़े सोनी है अच्छा कदे ना भी लिया करो तारीफ करन नु तारीफ करो हां तेरे दंद बड़े सोने हैं जी करदा की करदा मुक्का मार के पान दे तारीफ करो रोज रोज ब्यूटी पार्लर ना जाया करो दोपहरे शाम हो जांदी जुल्फा ना लहराया करो अच्छा जे लोका दी नजरों तो बचना है फिर की करया करा फोटो शॉप गले च हरियां मिर्चां ते नींबू लटकाया नजर तो बच जांदा बंदा अपनी तारीफ ना मैं आप कर सकदा करो करो अपनी तारीफ आप करो अख मेरी है हिरनी वर्गी अख तेरी है हिरनी वर्गी तोर मेरी है मोरनी वर्गी तोर तेरी है मोरनी वर्गी गुस्सा मेरा है शेरनी वर्गा ते मर फिर चिड़िया घर जा इथे करन नहीं काम तेरे जानवर वाले तुरी स्टेजा ते फिरदी है पंगे ले जाना तू अपने शेर समझदा है और शेर है गए असि ਕਿਹੜੇ ਸ਼ੇਰ ਆ ਮੈਨੂੰ ਤਾਂ ਅੱਜ ਤੱਕ ਨਹੀਂ ਪਤਾ ਲੱਗਾ ਸ਼ੇਰਾਂ ਦੀਆਂ ਬੜੀਆਂ ਕਿਸਮਾਂ ਪੁੱਛੋ ਮੈਨੂੰ ਇਹ ਦੱਸੋ ਤੁਸੀਂ ਸਵਾ ਸ਼ੇਰ ਹੋ ਨਹੀਂ ਇੰਨਾ ਸਾਡਾ ਵਜਣਾ ਨਹੀਂਗਾ ਫਿਰ ਤੁਸੀਂ ਬੱਬਰ ਸ਼ੇਰ ਹੋ ਇੰਨੀ ਸਾਡੀ ਬੜ ਕੇ ਨਹੀਂਗੀ ਫਿਰ ਤੁਸੀਂ ਚੀਤੇ ਸ਼ੇਰ ਹੋ ਨਾ 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 ਐਡੀ ਸਾਡੀ ਸ਼ਲਾਂਗ ਹੈ ਨਹੀਂਗੀ ਫਿਰ ਤਾਂ ਪੱਕਾ ਤੁਸੀਂ ਪੀ ਕੇ ਸ਼ੇਰ ਹੋ ਬਾਬਾ ਜੀ ਦੀ ਸੌਂ ਲੱਗੇ ਸ਼ਰਾਬ ਅਸੀਂ ਪੀਂਦੇ ਨਹੀਂ ਨਾ ਫਿਰ ਤੁਸੀਂ ਕਿਹੜੇ ਸ਼ੇਰ ਹੁੰਦੇ ਆ ਪਹਿਲਾਂ ਕੁਝ ਖਾਣ ਲਈ ਮੰਗਾਓ ਕਿਉਂ ਅਸੀਂ ਭੁੱਖੇ ਸ਼ੇਰ ਹੁੰਦੇ ਤੇ ਪੂੰਛਾਂ ਬਗੈਰ ਹੁੰਦੇ ਮੋਦੀ ਸਾਹਿਬ ਮਹਿੰਗਾਈ ਬੜੀ ਕਰਨ ਡਿਆ ਫੇ ਭੁੱਖੇ ਸ਼ੇਰ ਹੀ ਆ ਸੀ ਮੈਂ ਕਿਹਾ ਪੋਟੂ ਸ਼ਾਹ ਜੀ ਹਾਂ ਤੁਸੀਂ ਗੱਲ ਕੀਤੀ ਆ ਮੈਂ ਤੁਹਾਨੂੰ ਦੱਸਾਂ ਆ ਜਿਹੜੀ ਸ਼ਰਾਬ ਹੈ ਬਹੁਤ ਮਾੜੀ ਚੀਜ਼ ਹੁੰਦੀ ਆ ਬਿਲਕੁਲ ਨਸ਼ਾ ਕੋਈ ਵੀ ਨਹੀਂ ਕਰਨਾ ਚਾਹੀਦਾ ਕੋਈ ਨਸ਼ਾ ਨਹੀਂ ਕਰਨਾ ਚਾਹੀਦਾ ਮੈਂ ਦੱਸਾਂ ਸ਼ਰਾਬ ਦੇ ਬਹੁਤ ਨੁਕਸਾਨ ਹੁੰਦੇ ਆ ਫਾਇਦੇ ਵੀ ਹੁੰਦੇ ਆ ਕੀ ਮਤਲਬ ਸ਼ਰਾਬ ਪੀਣ ਵਾਲਾ ਬੰਦਾ ਕਦੇ ਬੁੱਢਾ ਨਹੀਂ ਹੁੰਦਾ ਨਾ ਬੁੱਢਾ ਕਿਉਂ ਨਹੀਂ ਹੁੰਦਾ ਜਵਾਨੀ 'ਚ ਮਰ ਜਾਂਦਾ ਨਸ਼ੇ ਕਰਨ ਵਾਲੇ ਦੇ ਬੰਦੇ ਕਦੇ ਕਦੇ ਚੋਰੀ ਨਹੀਂ ਹੁੰਦੀ ਘਰ ਚੋਰੀ ਕਿਉਂ ਨਹੀਂ ਹੁੰਦੀ ਸਮਾਨ ਪਹਿਲਾਂ ਹੀ ਵੇਚ ਦਿੰਦਾ ਮੈਨੂੰ ਖਾਂਸੀ ਲੱਗੀ ਆ ਖਾਂਸੀ ਲੱਗੀ ਆ ਹਾਂ ਉਹ ਮੇਰੀ ਗੱਡੀ 'ਚ ਪੈ ਕੇ ਪਿਆ ਲਾ ਲਾ ਬਿਸਕੀ ਪਈ ਆ ਹਾਂ ਬਿਸਕੀ ਪੀਣ ਨਾਲ ਮੇਰੀ ਖਾਂਸੀ ਚਲੀ ਜਾਊਗੀ ਮਰ ਲੋਕਾਂ ਦੀਆਂ ਗੱਡੀਆਂ ਚਲੀਆਂ ਗਈਆਂ ਜਾਨਾਂ ਚਲੀਆਂ ਗਈਆਂ ਹੈ ਘਰ ਚਲੇ ਗਏ ਤੇਰੀ ਖੰਗ ਨਾ ਜਾਊਗੀ ਤਾਲੀਆਂ ਵਜਾ ਦਿਓ ਨਸ਼ਾ ਮਾੜੀ ਚੀਜ਼ ਆ ਮੇਰੇ ਨਾਲ ਪੰਗੇ ਨਹੀਂ ਲੈਣੇ ਤੁਸੀਂ ਮੇਰੇ ਖਾਨਦਾਨ ਬਾਰੇ ਕੁਝ ਨਹੀਂ ਜਾਣਦੇ ਆਪਣੇ ਖਾਨਦਾਨ ਬਾਰੇ ਦੱਸੋ ਦੱਸੋ ਜਿਹੜੀ ਮੇਰੀ ਭੈਣ ਆ ਹਾਂਜੀ ਆਸਟ੍ਰੇਲੀਆ ਸੈੱਟ ਆ ਵੈਰੀ ਗੁੱਡ ਭੈਣ ਆਸਟ੍ਰੇਲੀਆ ਸੈੱਟ ਆ ਭਰਾ ਮੇਰਾ ਇੰਗਲੈਂਡ ਸੈੱਟ ਆ ਬ੍ਰਦਰ ਇੰਗਲੈਂਡ ਸੈੱਟ ਆ ਤੇ ਫੁੱਫੜ ਮੇਰਾ ਕੈਨੇਡਾ ਸੈੱਟ ਆ ਤੇ ਤੈਨੂੰ ਇੱਕ ਚੀਜ਼ ਦਾ ਪਤਾ ਹੀ ਨਹੀਂ ਕਿਹੜੀ ਕਿਹੜੀ ਭੂਆ ਤੁਹਾਡੀ ਰਕਸ਼ੇ ਵਾਲੇ ਨਾਲ ਸੈੱਟ ਆ ਇੱਥੇ ਚਲਾਉਂਦਾ ਸਟੇਸ਼ਨ ਤੇ ਮੈਂ ਦੇਖਿਆ ਦਮੋਦੀਆ ਪੁੱਲ ਤੋਂ ਗੇੜੇ ਲਾਉਂਦਾ ਐਂ ਪਰਲੇ ਪਾਸੇ ਮੈਨੂੰ ਪਤਾ ਮੈਂ ਤੈਨੂੰ ਦੱਸਾਂ ਤੈਨੂੰ ਭਈਆਂ ਦਾ ਮਾਸਟਰ ਕਿਹਾ ਜਾਂਦਾ ਹਾਂ ਹਾਂ ਤੇ ਭਈਆਂ ਤੇ ਗਾਣੇ ਬਣਾ ਕੇ ਦਿਖਾ ਮੈਂ ਗਾਣੇ ਬਹੁਤ ਬਣਾਏ ਭਈਆਂ ਦੇ ਫਿਲਮਾਂ ਵੀ ਆ ਰਹੀਆਂ ਮੇਰੀਆਂ ਬਹੁਤ ਹੁਣ ਫਿਲਮਾਂ ਆ ਰਹੀਆਂ ਨੇ ਮੈਂ ਵੀ ਇੱਕ ਫਿਲਮ ਵੇਖੀ ਸੀ ਕਿਹੜੀ ਮੇਲ ਕਰਾ ਦੇ ਰੱਬਾ ਹੁਣ ਹੋ ਰਹੀ ਆ ਕਿਹੜੀ ਤੇਲ ਪਵਾ ਦੇ ਰੱਬਾ ਗਰੀਬ ਬੰਦਾ ਕਿੱਥੋਂ ਪਾਊਗਾ ਦੱਸੋ ਮੈਂ ਤੁਹਾਨੂੰ ਦੱਸਾਂ ਤੁਹਾਡੀ ਫਿਲਮ ਆਈ ਆ ਮੇਰੀ ਵੀ ਫਿਲਮ ਆ ਰਹੀ ਆ ਆਪਣੀ ਫਿਲਮ ਬਾਰੇ ਦੱਸੋ ਕਿਹੜੀ ਆ ਰਹੀ ਆ ਵੀ ਮੇਰੀ ਤਾਂ ਹਿੰਦੀ ਫਿਲਮ ਆ ਰਹੀ ਹੈ ਇੱਕ ਬਾਲੀਵੁੱਡ ਦੀ ਕਿਹੜੀ ਸ਼ੋਲੇ 2 ਸ਼ੋਲੇ ਦੁਆਰਾ ਵੀ ਰਾਜਮਾ ਮਹਿੰਗੇ ਹੋ ਗਏ
ਸ਼ੋਲੇ ਫਿਲਮ ਵਿੱਚ ਤੂੰ ਕੀ ਕਰ ਰਹੀ ਆ? ਸ਼ੋਲੇ ਫਿਲਮ ਵਿੱਚ ਮੈਂ ਗੱਬਰ ਦੀ ਭੈਣ ਦਾ ਰੋਲ ਕਰ ਰਹੀ ਆ, ਮੈਨੂੰ ਬਚ ਕੇ ਰਹੀ। ਮੈਂ ਕੀ ਕਰਾਂ? ਤੂੰ ਫੇਰ ਮਿੱਤਰ ਬਣ ਜਾ। ਮੈਂ ਕਿਹਾ ਬਜਾ ਦਿਓ ਤਾਲੀਆਂ ਹੈ ਕਿ ਨਾ। ਆਇਆ ਆਪਾਂ ਛੋਲੇ ਫਿਰ ਮੈਂ ਇੱਥੇ ਬਣਾਉਨੇ ਆ, ਤੂੰ ਗੱਬਰ ਦੀ ਭੈਣ ਬਣ ਗਿਆ ਜਾਂ ਮੈਂ ਤਾਂ ਮੇਰੇ ਬਣ ਗਿਆ ਹੈ ਕਿ ਨਾ। ਆਜਾ ਦਗੜ 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 ਤੇ ਸਾਰੀਆਂ ਘੋੜਾ ਪਹਿਲਾਂ ਆ ਗਿਆ ਗੱਬਰ ਦੀ ਭੈਣ ਨੇ ਸਾਈਕਲ ਤੇ ਆਉਣਾ। ਡਾਇਲੌਗ ਸ਼ੁਰੂ ਕਰ ਗੱਬਰ ਦੀ ਭੈਣ ਦੇ ਛੋਲੇ ਫਿਰ ਮੈਂ ਇੱਥੇ ਬਣਾਉਨੇ ਆ। ਹਾਂ ਪਰੇ ਹੋ ਜਾਓ ਕਿ ਤੂੰ ਰਕਸ਼ਾ ਲਗਾਉਣਾ। ਡਾਇਲੌਗ ਸ਼ੁਰੂ ਕਰ ਛੋਲੇ ਫਿਲਮ ਦੇ। ਹਰੀ ਹੋ ਕਾਲੀਆ, ਹਾਂ ਹਰੀ ਹੋ ਕਾਲੀਆ। ਸ਼ਰਮ ਕਰ, ਮੈਂ ਕਰੀਮਾ ਲਾ ਕੇ ਮੂੰਹ ਚਿੱਟੇ ਕੇ ਤਾਂ ਤੂੰ ਕਾਲੀਆ ਗਈ ਯਾਰ। ਮੈਂ ਸਵੇਰ ਦਾ ਫੇਸ਼ੀਅਲ ਕਰਾਈ ਆ ਨਾ ਬਾਬਾ ਜੀ ਦੇ ਮੇਲੇ ਜਾਣਾ, ਤੂੰ ਹੁਣ ਕਾਲੀਆ ਗਈ ਯਾਰ। ਮੈਨੂੰ ਗੱਬਰ ਦੀ ਭੈਣਾ ਨਹੀਂ ਲੱਗਦੀ ਹੈ। ਹਰੀ ਹੋ ਕਾਲੀਆ, ਹਾਂ ਕਿੰਨੇ ਆਦਮੀ ਥੇਰੇ? ਮੈਨੂੰ ਕੀ ਪਤਾ, ਮੈਂ ਤਾਂ ਜਨਾਨੀਆਂ ਗਿਣਦਾ ਪਿਆ, ਮੈਨੂੰ ਪਤਾ ਨਹੀਂ ਕਿੰਨੇ ਆਦਮੀ। ਯੇ ਹਾਥ, ਹਾਂ ਯੇ ਹਾਥ ਹਮਕੋ ਦੇ ਦੇ ਠਾਕੁਰ। ਤੇਰੇ ਕੋ ਆਪਦੇ ਹੱਥ ਹੈ ਨਹੀਂ ਕਿ ਤੂੰ ਚਾਰ ਲਗੇ ਚੜੇਲ ਬਣਨਾ। ਵੱਡੀ ਗੱਬਰ ਦੀ ਭੈਣ ਬੜੀ ਫਿਰਦੇ ਐਵੇਂ ਡਰਾਈ ਜਾਂਦੀ ਹੈ ਕਿ ਨਾ। ਅਰੇ ਸ਼ਮੀਆ, ਹਾਂ ਤੇਰੀ ਠੁਮਕਾ ਤੋਂ ਲਗਾ। ਤੇਰੇ ਪਿਓ ਦੀ ਬਰਾਤ ਆਈ ਆ, ਬਾਬਿਆਂ ਦਾ ਮੇਲਾ ਚੱਲਦਾ, ਤੂੰ ਠੁਮਕੇ ਲਵਾਈ ਜਾਂਦੀ ਹੈ ਕਿ ਨਾ। ਮੈਂ ਨਹੀਂ ਬਣਦਾ ਭਾਈ ਗੱਬਰ ਗੁੱਬਰ। ਬਾਕੀ ਮੈਂ ਤੁਹਾਨੂੰ ਕਹਿੰਦਾ ਵੀਰੋ, ਨਸ਼ਿਆਂ ਤੋਂ ਪਰਹੇਜ਼ ਕਰੋ, ਨਸ਼ੇ ਮਾੜੀ ਚੀਜ਼ ਹੈ। ਸਾਡਾ ਪ੍ਰਸ਼ਾਸਨ ਵੀ ਬੜਾ ਧਿਆਨ ਦੇ ਰਿਹਾ, ਹੁਣ ਨਸ਼ੇ ਮੁਕਤ ਹੋ ਰਹੇ ਆ ਸਾਰੇ ਲੋਕ। ਕਹਿੰਦੇ ਸ਼ਰਾਬ ਪੀਓ ਦੇ ਅੱਖਾਂ ਨਾਲ, ਭੁੱਕੀ ਖਾਓ ਦੇ ਗੱਲਾਂ ਨਾਲ, ਖਾਂਦੇ ਫੜੇ ਜਾਂ ਤਾਂ ਪਿੱਛੋਂ ਨਾਲ, ਕਿਉਂਕਿ ਪੁਲਿਸ ਵਾਲੇ ਛੱਡਦੇ ਮਾਰ ਮਾਰ ਕੇ ਪਿੰਡਾਂ ਸੇਕ ਦਿੰਦੇ ਆ। ਨਸ਼ਿਆਂ ਤੋਂ ਪੁੱਟੀ ਕਰੋ। ਮੈਂ ਕੀ ਕਹਿੰਦਾ, ਬਜਾ ਦਿਓ ਤਾਲੀਆਂ, ਬਾਬਾ ਜੀ ਦਾ ਇਸ਼ਾਰਾ ਹੋ ਗਿਆ। ਪਰ ਕਹਿੰਦੇ ਇੰਨੀ ਚੌਂਕੀ ਬਹੁਤ ਹੈ ਤੁਹਾਡੀ। ਦੱਸੋ ਜਾਂਦੇ ਜਾਂਦੇ ਦੱਸੋ ਮੇਰੇ ਬਾਰੇ ਕੀ ਦੱਸਾਂ? ਤੁਸੀਂ ਬੜੀ ਕੁੱਤੀ ਚੀਜ਼ ਹੋ। ਮੈਂ ਕੀ ਆ? ਬੜੀ ਕੁੱਤੀ ਚੀਜ਼ ਹੋ। ਨਹੀਂ, ਮੈਂ ਤਾਂ ਇਕੱਲੀ ਚੀਜ਼ ਹੀ ਆ। ਤੇ ਕੁੱਤੀ? ਕੁੱਤੀ ਇਹਨਾਂ ਨੂੰ ਪਤਾ ਲੱਗ ਗਿਆ ਤੈਨੂੰ ਠਹਿਰ ਕੇ ਲੱਗ ਜੂ। ਆ ਟੀਟੂ ਸਾਹਿਬ ਅੱਗੇ ਆਏ ਨਹੀਂ ਆ ਵੀ ਸਾਡਾ ਬੰਦਾ ਵਿਚਾਰਾ ਬਹੁਤ ਸੋਹਣਾ, ਇਹਦਾ ਰੰਗ ਬੜਾ ਚਿੱਟਾ ਹੀ, ਪਿੱਛੇ ਜੇ ਕੋਲੇ ਖਾ ਗਿਆ ਚਾਹ ਨਾ। ਉਦੋਂ ਦਾ ਵਿਚਾਰਾ ਕਮਜ਼ੋਰ ਹੋ ਗਿਆ, ਹੁਣ ਪਹਿਲਾਂ ਦਾ ਕਈ ਵਾਰੀ ਆਟੋ ਚੱਲ ਜਾਂਦਾ, ਹੁਣ ਸਲੰਸਰ 'ਚ ਵੜ ਕੇ ਚਲਾ ਜਾਂਦਾ। ਦੋ ਤਿੰਨ ਵਾਰੀ ਇਹਦੇ ਬੂਕ 'ਚ ਵੜ ਕੇ ਸੋ ਜਾਂਦਾ ਸਵੇਰੋ ਗੱਡੀ ਦਾ, ਤੇ ਹੁਣ ਇਹਦਾ ਅਸੀਂ ਵਿਆਹ ਕਰਾ ਕੇ ਬੋਡੀ ਇਹਦੇ ਦੇਖ ਕੇ ਗਾਣਾ ਗਾਉਂਦੀ ਹੈ ਵੀ ਚੂਏ ਦੀ ਬੂਥੀ ਵਾਲਿਆ ਤੈਨੂੰ ਕਹਿਣੀ ਆ, ਥੋੜ੍ਹੀ ਜਿਹੀ ਸਿਹਤ ਬਣਾ ਮੈਂ ਪੈਰੀ ਪੈਣੀ ਆ। ਹਾਏ ਮੈਂ ਤਾਂ ਮਰ ਗਈ ਤੇਰੇ ਨੈਣ ਨਸ਼ੀਲੇ ਨੇ, ਵੇ ਲੱਤਾਂ ਤੇਰੀਆਂ ਜਿਵੇਂ ਝਾੜੂ ਦੇ ਤੀਲੇ ਨੇ। ਹਾਏ ਕਿਲੋ ਦੁੱਧ ਮੈਂ ਤੇਰੇ ਕਰਕੇ ਲੈਣੀ ਆ, ਥੋੜ੍ਹੀ ਜਿਹੀ ਸਿਹਤ ਬਣਾ ਮੈਂ ਪੈਰੀ।